ਸ੍ਰੀਕਾਲ ਜੀ ਸਾਰਿਆਂ ਦਾ ਕੀ ਹਾਲ ਹੈ। ਬਹੁਤ ਟਾਈਮ ਹੋ ਗਿਆ ਮੈਂ ਕੋਈ ਵਲੌਗ ਨਹੀਂ ਕੀਤਾ, ਤੁਹਾਨੂੰ ਕੀ ਲੱਗਿਆ ਮੈਂ ਵਲੌਗ ਕਰਨ ਤੋਂ ਹਟ ਗਿਆ? ਨਾਰਮਲ ਨਹੀਂ ਮੈਂ, ਨਹੀਂ ਜੀ ਨਹੀਂ, ਕੰਮ 'ਚ ਥੋੜ੍ਹਾ ਜਿਹਾ ਬਿਜ਼ੀ ਸੀਗਾ ਮੈਂ। ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ। ਅੱਜ ਮੈਂ ਜਿਹੜੀ ਥਾਂ 'ਤੇ ਚੱਲਿਆ ਗਾ ਉਹਦਾ ਨਾਂ ਹੈ ਟਸਮੇਨੀਅਨ ਆਈਲੈਂਡ। ਆਸਟ੍ਰੇਲੀਆ ਦਾ ਇੱਕ ਛੋਟਾ ਜਿਹਾ ਪਾਰਟ ਹੈਗਾ, ਇੱਕ ਸਟੇਟ ਆਸਟ੍ਰੇਲੀਆ ਦੀ, ਉਹ ਆਸਟ੍ਰੇਲੀਆ ਦੇ ਜਿਹੜਾ ਮੇਨਲੈਂਡ ਆਈਲੈਂਡ ਉਸ ਤੋਂ ਅਲੱਗ ਹੈਗੀ। ਅੱਜ ਮੈਂ ਚੱਲਿਆ ਉੱਥੇ ਅਤੇ ਜੋ ਮੇਰਾ ਸਾਧਨ ਹੈ ਉੱਥੇ ਜਾਣ ਦਾ, ਮੇਰਾ ਟਰਾਂਸਪੋਰਟ ਦਾ, ਨਜ਼ਾਰੇ ਤਾਂ ਉਸੇ 'ਚ ਹੀ ਹੈਗੇ। ਤੁਹਾਨੂੰ ਮੈਂ ਦਿਖਾਉਣਾ ਅੱਜ ਕੀ ਨਜ਼ਾਰੇ ਲੈਂਦੇ ਤਾਂ ਕਿਵੇਂ। ਉਹ ਬਿਫੋਰ ਦੈਟ ਟੈਚ ਚੁੱਚੀ ਰੱਖ ਲਾ ਮੈਂ ਗੱਡੀ ਦੇ ਵਿੱਚ, ਇੱਥੋਂ ਨਿਕਲੀਏ ਕਿਉਂਕਿ ਔਲਰੇਡੀ ਮੈਂ ਬਹੁਤ ਲੇਟ ਹੋ ਚੁੱਕਿਆ ਗਾ। ਮੈਂ ਕੰਮ ਥੋੜ੍ਹਾ ਲੇਟ ਫਿਨਿਸ਼ ਕੀਤਾ ਸੀਗਾ, ਮੈਨੂੰ ਆਇਆ ਸੀਗਾ ਵੀ ਚਲੋ ਟਾਈਮ ਨਾਲ ਮੈਂ ਨਿਕਲ ਜੂੰਗਾ, ਪਰ ਮੈਂ ਥੋੜ੍ਹਾ ਲੇਟ ਹੋ ਗਿਆ। ਹੁਣ ਜਲਦੀ ਜਲਦੀ ਨਿਕਲੀਏ ਆਪਾਂ ਇੱਥੋਂ ਅਤੇ ਪਹੁੰਚੀਏ ਸਿਟੀ। ਲੈਟਸ ਗੋ। So we're going to the spirit of Tasmania. That's our ride. That is going to be our ride. Looking for things that I can't control. Fear from my past, cause it always shows. Do I wanna try? Can I let it go? Running from the past, wanting to be sure. Chaos in my mind, constant deja vu. But every time it comes back to you. Whoa, I'm still falling. Whoa, but it tastes bittersweet. Whoa, I keep on falling. Whoa, I like the taste of it. I hope ਤੁਹਾਨੂੰ ਕੈਮਰੇ ਦੇ ਵਿੱਚ ਉਹ ਸਾਹਮਣੇ ਉਧਰਲੇ ਪਾਸੇ ਇੱਕ ਸ਼ਿਪ ਖੜੀ ਦਿਖ ਰਹੀ ਹੈਗੀ। ਉਸ ਸ਼ਿਪ ਦੇ ਉੱਤੇ ਜਾਣਾ ਆਪਾਂ ਅੱਜ। ਸਪਿਰਿਟ ਆਫ ਟਸਮੇਨੀਆ ਨਾਮ ਹੈ ਇਸ ਸ਼ਿਪ ਦਾ। ਤੁਹਾਨੂੰ ਮੈਂ ਕਲੋਜ਼ ਅਪ 'ਚ ਦਿਖਾਉਂਦਾ ਹੈਗਾ। ਟਾਈਮ ਹੋ ਚੁੱਕਿਆ ਹੈ 6:00 ਪੂਰੇ ਐਗਜੈਕਟਲੀ, ਠੀਕ ਹੈ। ਅਤੇ ਜਿਹੜੀ ਅਸੀਂ ਸ਼ਿਪ ਫੜਨੀ ਹੈ ਅੱਜ ਸਪਿਰਿਟ ਆਫ ਟਸਮੇਨੀਆ, ਉਹਦੇ ਮੈਂ ਬਿਲਕੁਲ ਬਾਹਰ ਖੜਾ, ਬਸ ਹੁਣ ਐਂਟਰੀ ਕਰਨ ਲੱਗਿਆ। ਮੇਰੇ ਨਾਲ ਮੇਰਾ ਭਰਾ ਆਰਿਅਨ। ਆਰਿਅਨ ਸੇ ਹੈਲੋ। ਹੈਲੋ। ਓਕੇ, ਅਤੇ ਮੈਂ ਤਾਂ ਆ ਰਿਹਾ ਅੱਜ ਚੱਲੇ ਹਾਂਗੇ ਸਪਿਰਿਟ ਆਫ ਟਸਮੇਨੀਆ 'ਤੇ, ਅਤੇ ਗੱਡੀ ਲੈ ਕੇ ਜਾ ਰਿਹਾ ਮੈਂ ਆਪਦੀ ਅੱਜ ਅੰਦਰ। ਅਤੇ ਲੈਟ ਮੀ ਸ਼ੋ ਯੂ ਸ਼ਿਪ, ਥੋੜ੍ਹੀ ਬਹੁਤ ਸ਼ਾਇਦ ਤੁਹਾਨੂੰ ਬਾਹਰੋਂ ਦਿਖ ਰਹੀ ਹੈਗੀ, ਬਟ ਜਦੋਂ ਅਸੀਂ ਐਂਟਰੀ ਕਰਾਂਗੇ ਮੈਂ ਤੁਹਾਨੂੰ ਨਾ ਚੰਗੀ ਤਰ੍ਹਾਂ ਦਿਖਾਉਂਦਾ ਸ਼ਿਪ। ਆਰ ਯੂ ਐਕਸਾਈਟਿਡ ਆਰਿਅਨ? ਆਈ ਐਮ ਐਕਸਾਈਟਿਡ, ਰੀਅਲੀ ਐਕਸਾਈਟਿਡ ਨਾਊ ਦੈਟ ਵੀ ਆਰ ਹੇਅਰ। It was a last minute plan, like we were planning for South Australia and all that, and all of a sudden it was like, okay, let's go to Tasmania on Spirit of on this ferry. Yeah, that was the most exciting part. Mm. Hey mate, any QR codes all sorted? Yes. Tassie travel? Yes. All right, just have them ready please, and follow that black BMW, black Merc. Okay, thanks. Thank you. Hi guys, how are you? Good, thanks. How many yourself? Of you? Two, yes. Just see QR code, Tazi e-pass. Beautiful, thank you. One more. Oh, beautiful, thank you so much, guys. Thank you. Now, one of you hop outside, open boot for me. Any fresh fruit, vegetables? No. Just a little bit good. Take time with you? No, just stay in the car. Okay. No fish, honey. Alright, everyone. So you're not supposed to bring any fresh fruit, fish, fishing, anything inflammable. So any jerry cans if you're carrying some fuel, or fruit and vegetables, and also alcohol. So we didn't have anything like that, so we were all good to go, unless Aaron is hiding some alcohol in his bag. The sauna? No. Window again. Okay. Exciting to take the car with you, yeah? Yeah, it is. Already, I'm very excited.
ਜਿਹੜੀ ਸ਼ਿਪ ਹੈ ਮੈਂ ਹੁਣ ਉਦੋਂ ਦਾ ਜਦੋਂ ਦਾ ਡਰਾਈਵ ਕਰ ਰਿਹਾ ਉਹ ਸ਼ਿਪ ਮੇਰੇ ਨਾਲ ਨਾਲ ਤੁਹਾਨੂੰ ਦਿਖ ਰਿਹਾ ਹੈਗਾ ਉਹ ਨਾਲ ਨਾਲ ਹੀ ਚੱਲ ਰਹੀ ਹੈ ਮੇਰੇ ਸ਼ਿਪ ਮਤਲਬ ਐਡਾ ਵੱਡਾ ਸ਼ਿਪ ਹੈਗਾ ਇਹ ਸਪਿਰਿਟ ਆਫ ਟੈਸਮੇਨੀਆ ਹੁਣ ਸ਼ਾਇਦ ਸਾਡਾ ਥੋੜ੍ਹਾ ਬਹੁਤ ਕੋਈ ਟੈਸਟ ਹੋਊਗਾ ਆਲਸੋ ਕਿਉਂਕਿ ਲੋਕਡਾਊਨ ਵਗੈਰਾ ਵਾਰੀ ਵਾਰੀ ਇੱਥੇ ਚੱਲ ਰਹੇ ਹੈ ਆਸਟ੍ਰੇਲੀਆ ਵਿੱਚ ਇਸ ਚੱਕਰ ਦੇ ਵਿੱਚ ਉਹਨਾਂ ਨੇ ਤੁਹਾਨੂੰ ਟੈਸਮੇਨੀਆ ਜਾਣ ਵਾਸਤੇ ਈ ਟਰੈਵਲ ਪਾਸ ਲੈਣਾ ਪੈ ਸਾਨੂੰ ਯੂ ਕੈਨ ਓਨਲੀ ਗੈਟ ਦੈਟ ਪਾਸ 24 ਆਵਰਸ ਬਿਫੋਰ ਯੂ ਅਰਾਈਵ ਇਨ ਟੈਸਮੇਨੀਆ ਅਤੇ ਅਸੀਂ ਉਹ ਮੈਂ ਉਹ ਈ ਪਾਸ ਅੱਜ ਸਵੇਰੇ ਹੀ ਅਪਲਾਈ ਕੀਤਾ ਸੀਗਾ ਅਤੇ ਮੈਨੂੰ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਮੈਸੇਜ ਆ ਜਾਂਦਾ ਵੀ ਤੁਹਾਡਾ ਪਾਸ ਮਿਲ ਗਿਆ ਤੁਹਾਨੂੰ ਵੀ ਤੁਸੀਂ ਜਾ ਸਕਦੇ ਹੋ ਇਹ ਸਿਰਫ ਉਹਦੇ ਵਾਸਤੇ ਵੀ ਇਨ ਕੇਸ ਕੋਈ ਕੋਵਿਡ ਆਊਟਬ੍ਰੇਕ ਹੋਏ ਜਾਂ ਕੁਛ ਵੀ ਉਹਨਾਂ ਨੂੰ ਪਤਾ ਹੋਵੇ ਵੀ ਕਿੰਨੇ ਲੋਕ ਵਿਕਟੋਰੀਆ ਮੈਲਬਰਨ ਤੋਂ ਜਾਂ ਜਿੱਥੋਂ ਵੀ ਤੁਸੀਂ ਟਰੈਵਲ ਕਰ ਰਹੇ ਹੋ ਵੀ ਉਹ ਕਿੰਨੇ ਲੋਕ ਆ ਰਹੇ ਹੈਗੇ ਉਸ ਥਾਂ ਤੋਂ ਸਿਰਫ ਉਸ ਚੀਜ਼ ਵਾਸਤੇ ਹੁੰਦਾ I am in the ship now. I'm just going upstairs. Okay. This is all inside the ship. You have the recliner passes now, yep. Yeah? Okay. This is deck 7. Let's go check it out. Wait, this is the ship. Asi bahar aa gaye ship de. Doesn't feel too cold. I think we should be able to go upstairs, yeah? Yeah, I think so. All right. Oh, Melbourne City hai gi. Itho addi dikhdi addi nahi dikhdi. And that's just the sea. It's beautiful. Aa log baithe andar restaurant aga. Life-saving boats. I hope we never need them. Let's go. Second best kid of the game. Well, he knew that with his height advantage over this man, it was really a physical. This is the kids' room. Look, so many PS4s and Xbox, I think, have been set up here. Man, that's cool. That's very cool. I think that this is the top deck, maybe. I think that's the top deck, and it's all empty for now. Gaming station, kids play area, top deck lounge. So this is the kids play area. Okay, stuff for kids. There's something interesting I want to show you guys on the ship. Look at this. And they have the whole gaming area here in the ship. Run at any time.
right now I'm just trying to find the recliners I have booked, and I'm in this corridor. Look at that. All these rooms, they have like, they're sanitized properly. So they have these thingies on them. So once you open the door, you're gonna tear it apart, and that means that someone is using the room. And let's find out where our recliners are. The recliner lounge is here. Also, one more thing. We went upstairs to the bar and bistro, and honestly, the food is cheap. The food is very cheap, isn't it, Aaron? Yeah, very cheap. Pizzas for $12, drinks starting from $3.50, which is like Coke and stuff, and it can go up to, I don't know, $5, $6, $7, depending upon if you need an alcoholic beverage. So the food is cheap. वैसे मैं आलू मेरे पुआ ने आलू वाले परौंठे बना के भेजे हैं, so we gonna have some Coke with some आलू वाले परौंठे if we need to. We gonna enjoy our food. Let's find out where we're sitting. Our recline. Oh, Aaron, I think this way. Oh, this is the recliners, guys. Man, this is cool. We have our seat numbers. Yeah. It's C31 and 34. C31 and 34. You're just here. In between there's some. Oh, it's just. The seat is not available. Oh, yeah. Okay. So they have seated us together, but it says that the seat is not available. But I think I'll just sit. As we are, anyways, we are traveling. If you can also get your own cabin if you want to, or your own room, cabin, or even a shared accommodation in this ship, but it's gonna cost you extra money, starting from about $80 or $90, depending upon what time you book it in. It's expensive. So these recliners, they are free of cost. You can just come and, you know, you can enjoy your journey without paying anything for accommodation. You already paid for the ticket, so these are free recliners. Now, people, this is the time to take a nap. मैं थोड़ा टाइम सौन जा रहा हैगा, क्योंकि सवेरे कल दा साडा दिन बहुत बिजी होना है, क्योंकि असी जिवें इस शिप तो उतरना ना, तो असी तुरना फिरना घूमना शुरू कर देना. इस करके हुण मैं सौन जा रहा. ये जिहड़ी सीट्स है ना रिक्लाइनर, सुपर कंफर्टेबल. आई डोंट थिंक इट्स अ गुड आइडिया टू स्पेंड मनी ऑन दोज कैबिन्स. सो आई डोंट थिंक सो, अनलेस यू रियली नीड टू, डोंट बाय दोज कैबिन्स. जस्ट गेट दीज रिक्लाइनर्स, दे आर फॉर फ्री. The good thing about these recliners, it's bigger than a plane seat. ਜਿਹੜੇ ਹੈਗੇ ਕਾਊਚਿਸ ਹੈਗੇ ਜੇ ਰਿਕਲਾਈਨਰਸ ਵੱਡੇ ਹੈਗੇ. ਪਲੱਸ ਇਹਦੇ ਵਿੱਚ ਚਾਰਜਿੰਗ ਸਲੋਟ ਵਗੈਰਾ ਵੀ ਹੈਗਾ ਹੈਗਾ, ਅਤੇ ਪ੍ਰੋਪਰ ਦੂਸਰੀ ਵੀ ਹੈਗੀ ਹੈਗੀ, ਮਤਲਬ ਕਿ ਜਿਹਦੇ ਵਿੱਚ ਤੁਸੀਂ ਆਪਦਾ ਚਾਰਜਰ ਪਲੱਗ ਇਨ ਕਰ ਸਕਦੇ ਹੋਗੇ. ਸਵਿੱਚ ਬੋਰਡ ਹੈਗਾ, ਮਤਲਬ ਪ੍ਰੋਪਰ. ਆ ਦੇਖੋ, ਸੋ ਯੂ ਹੈਵ ਐਵਰੀਥਿੰਗ. ਆਮ ਗੋਇੰਗ ਗੋ ਟੂ ਸਲੀਪ ਨਾਓ. ਤੁਹਾਨੂੰ ਸਵੇਰੇ ਮਿਲਦਾ ਹੈਗਾ, ਚਾਹ ਕੌਫੀ ਪੀਵਾਂਗੇ. ਅਤੇ ਆਲੂ ਵਾਲੇ ਪਰੌਂਠੇ ਜਿਹੜੇ ਮੈਂ ਲਿਆਉਂਦੇ ਸੀ, ਮੈਂ ਉਹਨਾਂ ਨਾਲ ਡਿਨਰ ਕਰ ਲਿਆ ਆਲਰੇਡੀ. ਥੈਂਕ ਯੂ ਭੂਆ, ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ. ਅਤੇ ਹੁਣ ਅਸੀਂ ਲੱਗੇ ਹਾਂ ਸੌਣ. ਓਕੇ, ਗੁੱਡ ਨਾਈਟ, ਬਾਏ. ਓਕੇ, ਗੁੱਡ ਮੋਰਨਿੰਗ ਐਵਰੀਵਨ. ਟਾਈਮ ਹੋ ਗਿਆ 6:00 ਪੂਰੇ ਐਗਜੈਕਟਲੀ, ਅਤੇ ਵੀ ਆਰ ਹੇਅਰ ਇਨ ਟਸਮੈਨੀਆ ਡੈਵਨਪੋਰਟ. ਅਸੀਂ ਪਹੁੰਚ ਚੁੱਕੇ ਹਾਂ, ਬਟ ਉਹ ਕਹਿੰਦੇ ਅਰਾਊਂਡ 6:30 ਕਾਰ ਤੱਕ ਜਾਓਗੇ ਤੁਸੀਂ. ਫਿਰ ਅਸੀਂ ਕਾਰ ਦੇ ਵਿੱਚ ਬੈਠ ਕੇ ਫਿਰ ਗੱਡੀ ਬਾਹਰ ਕੱਢਾਂਗੇ. ਅਰਾਊਂਡ 6:30 ਦੇ ਅਰਾਊਂਡ ਕਿਹਾ ਉਹਨਾਂ ਨੇ, ਕਿਉਂਕਿ ਮੈਨੂੰ ਲੱਗਦਾ ਸ਼ਿਪ ਨੂੰ ਪਾਰਕਿੰਗ ਕਰਨ 'ਚ ਟਾਈਮ ਲੱਗਦਾ ਗਾ. ਅਤੇ ਵੈਸੇ ਅਸੀਂ ਪਹੁੰਚ ਚੁੱਕੇ ਹਾਂ. ਆਈ ਕੈਨ ਸੀ ਮੈਕਡੋਨਲਡਸ ਔਨ ਵਨ ਸਾਈਡ ਆਫ ਦਾ ਰੋਡ. ਸੋ ਯਾ, ਇਟ ਵਾਜ਼ ਅ ਵੈਰੀ ਗੁੱਡ ਨਾਈਟ ਸਲੀਪ.
बेस्ट थिंग टू डू इज जेडे थोनू ब्लैंकेट्स वगैरह सप्लाई करते हैं ना उन्होंने नीचे बिछा के तो तुम सो जाओ असी तो वैसे आपदियाँ चेयर से ही सुते थे बट यू कैन डू दैट यू कैन ऑलवेज पुट द ब्लैंकेट्स ऑन द फ्लोर तो तुम सो सकते होंगे दैट्स अ बेस्ट थिंग टू डू एनीवेज हम असी निकलते थोड़े टाइम तक बाहर सो आई विल सी यू वेरी सून Huh? I couldn't sleep for a good while, but then I ended up getting it. Yeah. I think I slept because I was already too tired. Yeah, it's really tiring because it's like... Yeah. These are the rooms. Oh yeah. So guys, these are some bunk beds. This is what I was talking about. You can get these bunk beds. I think they will cost you around 100 starting from I think $80 to $100 and because it's COVID time that is why only I think one of the bed was used in this room only one bed has attached bathroom and all it has attached bathroom and all which is very good so if you want you can use these rooms Go. Now people this ship has about 10 floors I think the from level 1 to 6 is just the parking and from level yeah I think 1 to 5 or 6 is just the parking and the rest are like dining areas bedrooms playing areas kids area and all that Everything is there in this ship. Everything. You don't need to bring anything. Even they supply you blankets when you are gonna go to your bed. They supply you blankets just like aircraft. They do everything for you. There is good food facility. Pizzas for $12. Even though the pizzas are very small, I think it's. I mean, it's okay for one person to have a pizza of $12, and you'll be fine throughout the night. इस शिप के अराउंड 10 फ्लोर है तो पहले एक तो लैके 5 तक तो पार्किंग हैगी उस तो बाद बाकी फ्लोर से उत्ते जिवें गेमिंग एरिया किड्स वास्ते ये वो तो मतलब रेस्टोरेंट्स वगैरह बार्स है तो बेडरूम्स वगैरह जोड़े है कैबिन्स वगैरह देंगे वो है एंड थिंग्स लाइक दैट इट्स वेरी गुड लाइक एवरी फैसिलिटी इज़ देयर इन दिस शिप तुसीं आपदा लैपटॉप लैके आ सकते हो चार्जिंग पोर्ट्स हैगे अपार्ट फ्रॉम यूएसबी पोर्ट्स एक्चुअल प्लग्स हैगे जिथे तुसी मतलब कि कुछ प्लग इन करना है लैपटॉप वगैरह तुसी चार्ज लाना है तुसी यूज़ करना रात नू एवरीथिंग एंड मेरे को वोडाफोन का सिम हैगा यू वोंट बिलीव जिथे मैं रहना है मेलबर्न दे विच कई बार उत्थे सिग्नल नहीं आता पर थ्रू आउट द नाइट मोस्टली समुंदर दे विच वोडाफोन का सिग्नल आ रहा सी आई डोंट नो किवें बट मेरा इंटरनेट ऑन एंड ऑफ चल रहा सीगा ते विच इज़ अ वेरी गुड थिंग मेरी अराउंड 10 घंटे की जर्नी विचों मैं कहूँगा नीयरली 7 घंटे मेरा इंटरनेट परफेक्ट चल रहा सीगा मैं कुछ यूज़ कर सकता सीगा व्हाट्सएप फेसबुक ईवन दो इन्ना फास्ट नहीं होना बट फिर भी चल रहा सीगा इफ यू वॉन्ट टू बाय इंटरनेट थानू इंटरनेट इतने पैना है अराउंड $15 का 1 GB इंटरनेट मिलता है पर परसन तुम वो परचेज़ कर सकते हो इन्हों का वाईफाई है जोड़ा उतों अदर दैन दैट आई डोंट थिंक सो थोड़ा कोई जरूरत पेगी तो प्राइम या फिर थोड़े को नैटफ्लिक्स है तो उससे मूवीज़ डाउनलोड कर लियो तो मूवीज़ देखो रात में जो थोड़ा जी करता है दैट्स इट Lucky we've got good parking right next to the thing. Can I? ਅਸੀਂ ਆ ਗਏ ਗੱਡੀ ਦੇ ਵਿੱਚ ਹੁਣ ਤੇ ਉਹਨਾਂ ਨੇ ਕਿਹਾ ਕਾਰ ਸਟਾਰਟ ਨਾ ਕਰਿਓ ਕਿਉਂਕਿ ਇਮਿਸ਼ਨਸ ਜਿਹੜਾ ਧੂੰਆਂ ਵਗੈਰਾ ਬਿਲਡ ਅਪ ਹੋ ਜਾਊਗਾ ਇੱਥੇ ਪਾਰਕਿੰਗ ਦੇ ਵਿੱਚ
ਸੋ ਆਈ ਥਿੰਕ ਵੈਰੀ ਸੂਨ ਅਸੀਂ ਇੱਥੋਂ ਨਿਕਲ ਰਹੇ ਹਾਂ ਬਾਹਰ ਐਂਡ ਲੈਟਸ ਸੀ ਅਸੀਂ ਸਭ ਤੋਂ ਪਹਿਲਾ ਸਟੋਪ ਅਸੀਂ ਮੋਸਟ ਲਾਈਕਲੀ ਮੈਕਡੋਨਲਡਸ ਜਾਵਾਂਗੇ ਉੱਥੋਂ ਚਾਹ ਕੌਫੀ ਵਗੈਰਾ ਲੈਂਦੇ ਹੈਗੇ ਕਰੋਸੌਂਸ ਵਗੈਰਾ ਥੋੜ੍ਹਾ ਬਹੁਤ ਸਮਾਨ ਤਾਂ ਅਸੀਂ ਨਾਲ ਲੈ ਕੇ ਆਏ ਹਾਂ ਖਾਣ ਨੂੰ ਬਾਕੀ ਥੋੜ੍ਹਾ ਬਹੁਤ ਅਸੀਂ ਉੱਥੋਂ ਲੈ ਲਾਂਗੇ ਸੋ ਲੈਟਸ ਜਸਟ ਗੈਟ ਆਊਟ ਆਫ ਦਿਸ ਪਲੇਸ ਕੁਇਕਲੀ ਐਂਡ ਆਈਲ ਸ਼ੋ ਯੂ ਅਰਾਊਂਡ ਓਕੇ ਜੀ ਅਸੀਂ ਬਾਹਰ ਨਿਕਲ ਰਹੇ ਹਾਂ ਹੁਣ ਸ਼ਿਪ ਦੇ ਵਿੱਚੋਂ ਐਂਡ ਆਈ ਥਿੰਕ ਦੈਟਸ ਇਟ ਆਈ ਗੈਸ ਇਟਸ ਜਸਟ ਟੂ ਮੇਕ ਸ਼ੋਰ Good morning. Morning. Just checking Are you traveling with the Tassie travel QR code? Yes. You just have your QR code up and ready. Yep. Got it ready. And by security will scan that up next for you. Thank you. Fantastic. So that'll just be scanned by security. Thank you. Hi, good. Thanks. Yourself? Good. Eric, yes. And can you pass yours over? I'm not allowed in the vehicle, thank you. Now we're just advising that you regularly check the Tasmanian coronavirus site for updates. Yeah. And you're not carrying any fruits and vegetables or any VRM at all? What do you mean? Biosecurity risk material? No. Good. Public health hotline number and symptoms. If you do have any, please get a free test. Thank you so much. When that vehicle goes, so can you. Yeah, thank you. ਹੁਣ ਅਸੀਂ ਬੈਠੇ ਹਾਂ ਮੈਕਡੋਨਲਡਸ ਦੇ ਉੱਤੇ, ਅਸੀਂ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਸ਼ਿਪ 'ਚ, ਅਸੀਂ ਕੁਛ ਲਿਆ ਨਹੀਂ ਸਵੇਰੇ ਸਵੇਰੇ ਅਰਲੀ ਮੋਰਨਿੰਗ ਬ੍ਰੇਕਫਾਸਟ, ਕਿਉਂਕਿ ਅਸੀਂ ਜਦੋਂ ਉੱਠੇ ਉਹਨਾਂ ਨੇ ਕਿਹਾ ਵੀ ਤੁਸੀਂ ਡਿਸਮਬਾਰਕ ਕਰ ਸਕਦੇ ਹੋ ਅੱਧੇ ਘੰਟੇ ਤੱਕ, ਫਿਰ ਅਸੀਂ ਜਾਣ ਕੇ ਨਹੀਂ ਕੁਛ ਖਾਧਾ ਸ਼ਿਪ ਦੇ ਵਿੱਚ, ਹੁਣ ਇਸ ਟਾਈਮ ਅਸੀਂ ਮੈਕਡੋਨਲਡਸ 'ਚ ਬੈਠੇ ਹੈਗੇ ਅਤੇ ਉਹਨੇ ਅਸੀਂ ਮੈਂ ਕੌਫੀ ਵਗੈਰਾ ਫੂਡ ਵਗੈਰਾ ਔਡਰ ਕੀਤਾ ਸੀ ਕਾਫੀ ਸਾਰਾ, ਖਾਵਾਂਗੇ ਅਤੇ ਹਜੇ ਬਾਹਰ ਹਨੇਰਾ ਗਾ ਅਤੇ ਵੀ ਵਿਲ ਵੇਟ ਟਿਲ ਦ ਸਨ ਕਮਸ ਆਊਟ, ਸੋ ਸਾਨੂੰ ਪਤਾ ਲੱਗੇ ਕਿੰਨੇ ਕੁ ਬੱਦਲ ਹੈ ਕਿਉਂਕਿ ਅੱਜ ਮੀਂਹ ਦਿਖਾ ਰਿਹਾ ਸਾਰਾ ਦਿਨ, ਅਤੇ ਅਸੀਂ ਜਿੱਥੇ ਜਾਣਾ ਉਹ ਇੱਥੋਂ 2-2.5 ਘੰਟੇ ਦੀ ਡਰਾਈਵ ਹੈ, ਕ੍ਰੈਡਲ ਮਾਊਂਟੇਨ ਦਾ ਪਲਾਨ ਹੈ ਸਾਡਾ ਅੱਜ ਦਾ, ਬਟ ਲੈਟ ਸੀ ਵਟ ਹੈਪਨਸ, ਅਸੀਂ ਖਾਂਦੇ ਹਾਂ ਪੀਂਦੇ ਹਾਂ ਅਤੇ ਵੇਟ ਕਰਦੇ ਹਾਂ ਦਿਨ ਚੜ੍ਹਨ ਦੀ, ਐਂਡ ਵੀ ਵਿਲ ਸੀ ਵਟ ਟੂ ਡੂ ਨੈਕਸਟ।